ਡੇਰੀ ਫਾਰਮਿੰਗ ਬਹੁਤ ਔਖਾ ਕੰਮ ਆ ਅਤੇ ਜੇ ਮੈਂ ਕਹਾਂ ਨਾ ਵੀ ਮੇਰਾ ਕਦੇ ਜੀ ਨਹੀਂ ਕੀਤਾ ਇਹਨੂੰ ਛੱਡਣ ਦਾ ਤਾਂ ਮੈਂ ਝੂਠ ਬੋਲ ਰਿਹਾ ਹੋਊਂਗਾ। ਹਜ਼ਾਰ ਵਾਰ ਮਨ ਕੀਤਾ ਯਾਰ ਅਤੇ ਅੱਗੇ ਵੀ ਕਰੂੰਗਾ ਵੀ ਬਸ ਮੈਂ ਨਹੀਂ ਕਰਨਾ ਹੈਗਾ, ਮੈਂ ਛੱਡ ਰਿਹਾ, ਕਿਉਂਕਿ ਕਦੇ ਕਦੇ ਨਾ ਕੰਮ ਬਹੁਤ ਵਧੀਆ ਹੁੰਦਾ, ਕਦੇ ਨੋਰਮਲ ਹੁੰਦਾ, ਕਦੇ ਖਰਾਬ ਅਤੇ ਕਦੇ ਬਹੁਤ ਖਰਾਬ ਹੁੰਦਾ। ਅਤੇ ਜਦ ਬਹੁਤ ਖਰਾਬ ਹੁੰਦਾ ਨਾ ਹਲੇ ਇੱਕ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਹੁੰਦੀ ਅਤੇ ਚਾਰ ਪੰਜ ਹੋਰ ਤਿਆਰ ਖੜੀਆਂ ਹੁੰਦੀਆਂ ਨੇ, ਉਦੋਂ ਜੀ ਕਰਦਾ ਯਾਰ ਬਸ ਮੈਂ ਨਹੀਂ ਕਰਨਾ, ਮੈਥੋਂ ਨਹੀਂ ਹੋਣਾ, ਮੈਥੋਂ ਨਹੀਂ ਲਿੱਤੀ ਜਾਂਦੀ ਹੋਰ ਟੈਨਸ਼ਨ, ਮੈਂ ਛੱਡ ਰਿਹਾ। ਪਰ ਮੈਨੂੰ ਇਹ ਵੀ ਪਤਾ ਵੀ ਕੰਮ ਕੋਈ ਨਹੀਂ ਸੌਖਾ ਹੈਗਾ, ਜੇ ਇਹਦੀਆਂ ਪ੍ਰੋਬਲਮਸ ਤੋਂ ਭੱਜ ਗਿਆ ਤਾਂ ਅਗਲੇ ਕੰਮ 'ਚ ਜਾਂ ਕੋਈ ਪ੍ਰੋਬਲਮ ਆਊਗੀ ਉੱਥੋਂ ਵੀ ਮੈਂ ਭੱਜੂਗਾ, ਭੱਜਣਾ ਮੇਰੀ ਆਦਤ ਬਣ ਜੂਗੀ। ਹਰ ਕੰਮ ਔਖਾ ਯਾਰ, ਚਾਹੇ ਪੜ੍ਹਾਈ ਹੋਵੇ, ਚਾਹੇ ਕੋਈ ਮਰਜ਼ੀ ਜੋਬ ਹੋਵੇ ਜਾਂ ਕੋਈ ਵੀ ਬਿਜ਼ਨਸ, ਕਾਮਯਾਬੀ ਸੌਖੀ ਨਹੀਂ ਮਿਲਦੀ। ਅਤੇ ਜੇ ਆਪਾਂ ਜ਼ਿੰਦਗੀ 'ਚ ਮਨ ਦੇ ਸੁਣਨ ਲੱਗ ਗਏ ਨਾ ਵੀ ਜੋ ਮਨ ਕਰੂਗਾ ਉਹ ਮੈਂ ਕਰੂੰਗਾ, ਜਦੋਂ ਮਨ ਕਰੂਗਾ ਉਦੋਂ ਕਰੂੰਗਾ, ਤਾਂ ਆਪਾਂ ਕੁਛ ਨਹੀਂ ਕਰ ਸਕਦੇ ਜ਼ਿੰਦਗੀ 'ਚ। ਸੋ ਮਨ ਮਾਰ ਕੇ ਕੰਮ ਕਰਨਾ ਪੈਂਦਾ ਜੇ ਜ਼ਿੰਦਗੀ 'ਚ ਕੁਛ ਪਾਉਣਾ। ਅਤੇ ਮੈਂ ਇਹ ਸਿੱਖ ਲਿਆ ਵੀ ਮੂਡ ਹੋਵੇ ਨਾ ਹੋਵੇ, ਜੋ ਵੀ ਆ, ਜੋ ਕਰਨ ਵਾਲਾ ਉਹ ਕੰਮ ਕਰਨਾ, ਕਿਉਂਕਿ ਮੇਰੀ ਮੰਜ਼ਿਲ ਹਲੇ ਬਹੁਤ ਦੂਰ ਆ ਅਤੇ ਮੰਜ਼ਿਲ ਉਹਨੂੰ ਮਿਲਦੀ ਆ ਜੋ ਸਫ਼ਰ ਅੱਧ 'ਚ ਨਹੀਂ ਛੱਡਦਾ ਹੈਗਾ।